ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਤੁਹਾਡਾ ਸਾਰਿਆਂ ਦਾ ਜੋਤਿਸ਼ ਦੇ ਸਭ ਤੋਂ ਖਾਸ ਅਤੇ ਪਾਪੂਲਰ ਸ਼ੋਅ ਤੁਹਾਡੇ ਸਿਤਾਰੇ PTC ਦੇ ਉੱਤੇ ਤਹਿ ਦਿਲ ਨੂੰ ਸਵਾਗਤ ਕਰਦੀ ਹਾਂ। ਆਪਣੇ ਮੈਂਟੋਰ, ਆਪਣੇ ਗਾਈਡ, ਆਪਣੇ ਫਾਦਰ ਐਸਟ੍ਰੋਲੋਜਰ ਡਾਕਟਰ ਪ੍ਰੇਮ ਕੁਮਾਰ ਸ਼ਰਮਾ ਜੀ ਦੀ ਗਾਈਡੈਂਸ ਨਾਲ ਮੈਂ ਡਿਸਕਸ ਕਰੂੰਗੀ ਦਿਨ ਦਾ ਪੰਚਾਂਗ ਅਤੇ ਰਾਸ਼ੀਫਲ। ਸਭ ਤੋਂ ਪਹਿਲਾਂ ਅੱਜ ਦਾ ਪੰਚਾਂਗ। ਅੱਜ 3 ਸਪਤੰਬਰ 2024 ਦੇ ਦਿਨ ਹੈ ਮੰਗਲਵਾਰ, ਯਾਨੀ ਟਿਊਸਡੇ। ਅਮਾਵਸਿਆ ਤਿਥੀ ਰਹੇਗੀ ਸਵੇਰ ਦੇ 7:25 ਤੱਕ। ਅੱਜ ਗੰਡਮੂਲ ਨਹੀਂ ਹੈ, ਅੱਜ ਪੰਚਕ ਵੀ ਨਹੀਂ ਹੈ। ਗੱਲ ਕਰੀਏ ਰਾਹੂ ਕਾਲ ਦੀ, ਤੇ ਦੁਪਹਿਰ ਦੇ 3:30 ਤੋਂ ਲੈ ਕੇ ਸ਼ਾਮ ਦੇ 5:04 ਤੱਕ ਦਾ ਸਮਾਂ ਜਿਹੜਾ ਹੈ ਉਹ ਰਾਹੂ ਕਾਲ ਦਾ ਹੈ। ਇੱਕ ਹੋਰ ਇਨਆਸਪੀਸ਼ੀਅਸ ਟਾਈਮ ਜਿਹਨੂੰ ਕਿ ਅਮਗੰਧਮ ਕਾਲ ਕਹਿੰਦੇ ਨੇ, ਜਿਹਦੇ ਵਿੱਚ ਵੀ ਕੋਈ ਜ਼ਰੂਰੀ ਕੰਮ ਕਰਨਾ ਹੋਵੇ, ਕੋਈ ਇੰਪੋਰਟੈਂਟ ਡਿਸੀਜਨ ਲੈਣਾ ਹੋਵੇ, ਜੇ ਅਵੋਇਡ ਕਰ ਦਿੱਤਾ ਜਾਵੇ ਤਾਂ ਬਿਹਤਰ ਹੁੰਦਾ ਹੈ। ਆ ਸਮਾਂ ਰਹੇਗਾ ਸਵੇਰ ਦੇ 9:09 ਤੋਂ ਲੈ ਕੇ ਸਵੇਰ ਦੇ 10:44 ਤੱਕ। ਹੁਣ ਜੇ ਜ਼ਰੂਰੀ ਕੰਮ ਕਰਨਾ ਹੈ ਤਾਂ ਦਿਨ ਦਾ ਸ਼ੁਭ ਸਮਾਂ ਵੀ ਪਤਾ ਹੋਣਾ ਚਾਹੀਦਾ, ਉਹ ਵੀ ਦੱਸ ਰਹੀ ਹਾਂ, ਜ਼ਰੂਰ ਨੋਟ ਕਰਨਾ ਹੈ। ਦਿਨ ਦਾ ਸਭ ਤੋਂ ਸ਼ੁਭ ਸਮਾਂ ਜਿਹੜਾ ਹੈ ਅੱਜ ਰਹੇਗਾ ਸਵੇਰ ਦੇ 10:45 ਤੋਂ ਲੈ ਕੇ ਦੁਪਹਿਰ ਦੇ 12:20 ਤੱਕ। ਹੁਣ ਗੱਲ ਕਰਾਂਗੇ ਰਾਸ਼ੀਫਲ ਦੀ। ਏਰੀਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਥੋੜ੍ਹੀ ਜਿਹੀ ਨਾ ਸਪੀਡ ਆਪਣੀ ਅੱਜ ਠੀਕ ਠਾਕ ਰੱਖਣੀ ਹੈ। ਹਰ ਕੰਮ 'ਚ ਜਲਦਬਾਜ਼ੀ ਜਿਹੜੀ ਹੈ ਉਹ ਨੁਕਸਾਨ ਦੇ ਸਕਦੀ ਹੈ, ਇਸ ਕਰਕੇ ਜੇ ਚੰਗੇ ਰਿਜ਼ਲਟਸ ਲੈਣੇ ਨੇ ਫਿਰ ਥੋੜ੍ਹਾ ਜਿਹਾ ਸਬਰ ਕਰਕੇ ਅਤੇ ਥੋੜ੍ਹਾ ਜਿਹਾ ਆਰਾਮ ਨਾਲ ਜਿਹੜਾ ਹੈ ਚੱਲਣਾ ਵੀ ਜ਼ਰੂਰੀ ਹੋਏਗਾ। ਫਜ਼ੂਲ ਖਰਚਿਆਂ ਦੇ ਉੱਤੇ ਵੀ ਅੱਜ ਲਗਾਮ ਲਗਾਉਣਾ ਜ਼ਰੂਰੀ ਹੈ, ਨਹੀਂ ਤਾਂ ਕਿਤੇ ਨਾ ਕਿਤੇ ਮੰਥਲੀ ਬਜਟ ਜਿਹੜਾ ਹੈ ਉਹ ਤੁਹਾਡਾ ਵਿਗੜ ਸਕਦਾ ਹੈ। ਵਰਕ ਪਲੇਸ ਦੇ ਉੱਤੇ ਹੋ ਸਕਦਾ ਹੈ ਕਿ ਥੋੜ੍ਹੀ ਜਿਹੀ ਕੰਪੀਟੀਟਿਵ ਸਿਚੁਏਸ਼ਨਸ ਬਣਨ ਜਿੱਥੇ ਤੁਹਾਨੂੰ ਆਪਣੇ ਆਪ ਨੂੰ ਸਾਬਿਤ ਕਰਨਾ ਪਵੇ। ਕਈ ਕਈ ਦਿਨ ਹੁੰਦੇ ਨੇ, ਇਸ ਕਰਕੇ ਇੱਥੇ ਵੀ ਥੋੜ੍ਹੀ ਪੇਸ਼ੈਂਸ ਨਾਲ ਕੰਮ ਲੈਣਾ। ਜਿਹੜੇ ਲੋਕ ਹੋਲੀਡੇ ਪਲਾਨ ਕਰ ਰਹੇ ਨੇ, ਆਲਰੇਡੀ ਵਕੇਸ਼ਨ 'ਤੇ ਨੇ, ਤੁਹਾਡੇ ਵਾਸਤੇ ਸਮਾਂ ਬੇਹੱਦ ਵਧੀਆ ਰਹੇਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਮਰੂਨ, ਅਤੇ ਤੁਸੀਂ ਉਪਾਏ ਕੀ ਕਰਨਾ। ਕਿਸੇ ਵੀ ਧਰਮ ਸਥਲ 'ਤੇ ਆਪਣੀ ਸ਼ਰਧਾ ਅਨੁਸਾਰ, ਆਪਣੀ ਕਸ਼ਮਤਾ ਅਨੁਸਾਰ ਦਾਲ ਅਤੇ ਚਾਵਲ ਜਾ ਕੇ ਦੇ ਆਉਣੇ ਅੱਜ। ਟੋਰਸ ਯਾਨੀ ਵ੍ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਥੋੜ੍ਹੀ ਹੈਲਥ ਕੌਨਸ਼ੀਅਸਨੈਸ ਅੱਜ ਜਿਹੜੀ ਹੈ ਇੰਪਰੂਵ ਹੋਏਗੀ। ਜੰਕ ਫੂਡ ਤੋਂ ਤਲੇ ਹੋਏ ਖਾਣੇ ਤੋਂ ਤੁਸੀਂ ਦੂਰੀ ਬਣਾ ਸਕੋਗੇ। ਪੈਸਾ ਸੋਚ ਸਮਝ ਕੇ ਖਰਚ ਕਰੋਗੇ, ਜਿਹੜੀ ਚੰਗੀ ਗੱਲ ਹੈ, ਜਿਹਦੇ ਕਾਰਨ ਸੇਵਿੰਗਸ ਵੀ ਇੰਪਰੂਵ ਹੋਣਗੀਆਂ। ਪ੍ਰੋਫੈਸ਼ਨਲ ਫਰੰਟ ਦੇ ਉੱਤੇ ਤੁਸੀਂ ਆਪਣੀ ਆਫਿਸ 'ਚ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹੋਗੇ। ਅਕੈਡਮਿਕ ਫਰੰਟ ਦੇ ਉੱਤੇ ਸਟੂਡੈਂਟਸ ਨੂੰ ਫੋਕਸਡ ਰਹਿਣ ਦੀ ਜ਼ਰੂਰਤ ਹੈ, ਕਿਤੇ ਨਾ ਕਿਤੇ ਰਿਜ਼ਲਟਸ ਤੁਹਾਡੇ ਇਫੈਕਟ ਕਮ ਹੋ ਸਕਦੇ ਨੇ, ਇਸ ਕਰਕੇ ਜਿੰਨਾ ਹੋ ਸਕੇ ਕਿਸੇ ਵੀ ਪ੍ਰਕਾਰ ਦੀ ਡਿਸਟਰੈਕਸ਼ਨ ਤੋਂ ਅੱਜ ਦੂਰ ਰਹਿਣਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 1, ਲੱਕੀ ਕਲਰ ਰਹੇਗਾ ਬੇਬੀ ਪਿੰਕ, ਅਤੇ ਤੁਸੀਂ ਉਪਾਅ ਕੀ ਕਰਨਾ, 250 ਗ੍ਰਾਮ ਪਤਾਸ਼ੇ ਕਿਸੇ ਵੀ ਧਰਮ ਸਥਲ 'ਤੇ ਜਾ ਕੇ ਵੰਡੇ ਆਉਣੇ ਨੇ। ਜੈਮਿਨਾ ਯਾਨੀ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਪਣੀ ਐਕਸਰਸਾਈਜ਼ ਦੇ ਨਾਲ ਨਾਲ ਆਪਣੀ ਡਾਇਟ ਦਾ ਵੀ ਖਾਸ ਧਿਆਨ ਰੱਖਣਾ ਜ਼ਰੂਰੀ ਹੋਏਗਾ। ਅੱਜ ਜਿਹੜਾ ਹੈ ਕਿਸੇ ਸੰਸਥਾ ਨਾਲ ਜੁੜ ਕੇ ਕੋਈ ਡੋਨੇਸ਼ਨ ਜਾਂ ਕੋਈ ਚੈਰਿਟੀ ਤੁਸੀਂ ਜਿਹੜੀ ਹੈ ਅੱਜ ਕਰ ਸਕਦੇ ਹੋ। ਕਰੀਬੀ ਲੋਕਾਂ ਨਾਲ ਜਿੱਥੇ ਰਿਲੇਸ਼ਨਸ਼ਿਪ ਥੋੜ੍ਹੇ ਜਿਹੇ ਅਫੈਕਟਡ ਚੱਲ ਰਹੇ ਸੀ, ਹੁਣ ਸਥਿਤੀਆਂ ਸੁਧਰਨੀਆਂ ਸ਼ੁਰੂ ਹੋਣਗੀਆਂ। ਪ੍ਰੋਪਰਟੀ ਡੀਲਰਸ ਵਾਸਤੇ ਬੇਹੱਦ ਖਾਸ ਦਿਨ ਨਜ਼ਰ ਆ ਰਿਹਾ ਅੱਜ। ਚੰਗੇ ਕਲਾਇੰਟਸ ਨਾਲ ਮੁਲਾਕਾਤ ਹੋ ਸਕਦੀ ਹੈ, ਵਧੀਆ ਡੀਲਸ ਅੱਜ ਤੁਸੀਂ ਕਨਵਰਟ ਕਰ ਸਕਦੇ ਹੋ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 3, ਲੱਕੀ ਕਲਰ ਰਹੇਗਾ ਪੀਚ, ਅਤੇ ਤੁਸੀਂ ਉਪਾਅ ਕੀ ਕਰਨਾ, ਮੁਮਕਿਨ ਹੋਵੇ ਤਾਂ ਆਪਣੇ ਗੁਰੂਆਂ ਦੇ ਧਾਮ ਜ਼ਰੂਰ ਮੱਥਾ ਟੇਕ ਕੇ ਆਉਣਾ, ਨਹੀਂ ਤਾਂ ਇੱਕ ਲਾਲ ਰੰਗ ਦਾ ਆਸਣ ਲੈ ਕੇ ਇੱਕ ਥਾਂ 'ਤੇ ਇਕਾਗਰ ਮਨ ਨਾਲ ਬਹਿ ਕੇ ਓਮ ਗੁਰੂਵੇ ਨਮੇ ਦਾ ਜਾਪ ਜ਼ਰੂਰ ਕਰਨਾ। ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਫਿਟਨੈਸ ਦੇ ਫਰੰਟ ਦੇ ਉੱਤੇ ਤੁਸੀਂ ਜਿਹੜਾ ਹੈ ਉਹ ਹੁਣ ਇੱਕ ਅੱਛੀ ਡਾਇਰੈਕਸ਼ਨ ਜਿਹੜੀ ਹੈ ਲੈ ਸਕੋਗੇ। ਆਪਣੇ ਆਪ 'ਚ ਕੰਸਿਸਟੈਂਸੀ ਆਏਗੀ, ਡੈਡੀਕੇਸ਼ਨ ਤੁਹਾਡੀ ਇੰਪਰੂਵ ਹੋਏਗੀ,
ਇਨਫੈਕਟ ਬਿਜ਼ਨਸ ਫਰੰਟ ਦੇ ਉੱਤੇ ਵੀ ਗਰੋਥ ਵਾਲਾ ਸਮਾਂ ਨਜ਼ਰ ਆ ਰਿਹਾ। ਬਹੁਤ ਸਮੇਂ ਤੋਂ ਕਿਸੇ ਡੀਲ ਦਾ ਤੁਸੀਂ ਇੰਤਜ਼ਾਰ ਕਰ ਰਹੇ ਸੀ, ਕਿਸੇ ਹਾਮੀ ਦਾ ਤੁਸੀਂ ਇੰਤਜ਼ਾਰ ਕਰ ਰਹੇ ਸੀ, ਅੱਜ ਤੁਹਾਨੂੰ ਉਹ ਮਿਲ ਸਕਦੀ ਹੈ। ਪ੍ਰੋਪਰਟੀ ਡੀਲਰਸ ਵਾਸਤੇ ਦਿਨ ਜਿਹੜਾ ਹੈ ਵਧੀਆ ਰਹੇਗਾ। ਪ੍ਰੋਪਰਟੀ ਫਰੰਟ ਦੇ ਉੱਤੇ ਕੋਈ ਵੱਡੇ ਡਿਸੀਜਨਸ ਅੱਜ ਤੁਸੀਂ ਲੈ ਸਕਦੇ ਹੋ। ਅਕੈਡਮਿਕ ਫਰੰਟ ਦੇ ਉੱਤੇ ਸਟੂਡੈਂਟਸ ਦਾ ਪਰਫਾਰਮੈਂਸ ਵਧੀਆ ਰਹੇਗਾ। ਬੇਫਜ਼ੂਲ ਦੇ ਜਿਹੜੇ ਹੈ ਟੈਨਸ਼ਨ ਨਹੀਂ ਪਾਲਣੀ, ਕਿਉਂਕਿ ਪੜ੍ਹਾਈ ਦੇ ਫਰੰਟ ਦੇ ਉੱਤੇ ਵਧੀਆ ਰਿਜ਼ਲਟਸ ਅੱਜ ਮਿਲਦੇ ਹੋਏ ਨਜ਼ਰ ਆ ਰਹੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਗ੍ਰੇ। ਤੇ ਤੁਸੀਂ ਉਪਾਅ ਕੀ ਕਰਨਾ, 2 ਤਾਂਬੇ ਦੇ ਸੁਰਾਖ ਵਾਲੇ ਪੈਸੇ ਲੈਣੇ ਨੇ, ਕਿਸੇ ਪਵਿੱਤਰ ਜਲ ਨਾਲ ਧੋ ਲੈਣਾ, ਇੱਕ ਸਾਰਾ ਦਿਨ ਆਪਣੇ ਕੋਲੇ ਰੱਖਣਾ, ਪਰਸ 'ਚ ਰੱਖ ਲਓ ਜਾਂ ਪੋਕਿਟ 'ਚ ਰੱਖ ਲਓ, ਦੂਜਾ ਆਪਣੇ ਲੋਕਰ 'ਚ ਤੁਸੀਂ ਰੱਖ ਸਕਦੇ ਹੋ, ਘਰ ਦਾ ਲੋਕਰ ਵੀ ਹੋ ਸਕਦਾ, ਕੈਸ਼ ਡਰਾਅਰ ਵੀ ਹੋ ਸਕਦਾ, ਬਿਜ਼ਨਸ ਫਰੰਟ ਦੇ ਉੱਤੇ ਵੀ ਲੋਕਰ 'ਚ ਤੁਸੀਂ ਰੱਖ ਸਕਦੇ ਹੋ। ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ, ਜਿਹੜੇ ਲੋਕੀ ਮਾਰਕੀਟਿੰਗ ਫੀਲਡ ਨਾਲ ਜੁੜੇ ਹੋਏ ਨੇ, ਅੱਜ ਦਾ ਦਿਨ ਤੁਹਾਡੇ ਵਾਸਤੇ ਬੇਹੱਦ ਖਾਸ ਰਹੇਗਾ। ਆਪਣੇ ਟਾਰਗੇਟਸ ਨੂੰ ਤੁਸੀਂ ਅਚੀਵ ਕਰ ਸਕਦੇ। ਕਿਸੇ ਧਾਰਮਿਕ ਸਥਲ ਦੀ ਯਾਤਰਾ ਦੇ ਯੋਗ ਬਣਦੇ ਹੋਏ ਵੀ ਅੱਜ ਨਜ਼ਰ ਆ ਰਹੇ ਨੇ। ਪ੍ਰੋਪਰਟੀ ਲੈਣ ਨਾਲ, ਕੋਈ ਪ੍ਰੋਪਰਟੀ ਬੁੱਕ ਕਰਨ ਨਾਲ ਤੁਹਾਡਾ ਜਿਹੜਾ ਸੋਸ਼ਲ ਸਟੇਟਸ ਹੈ ਉਹ ਵੀ ਅੱਜ ਐਲੀਵੇਟ ਹੋ ਸਕਦਾ। ਅੱਜ ਆਪਣੇ ਲਾਈਫ ਪਾਰਟਨਰ ਨਾਲ ਕੁਆਲਿਟੀ ਟਾਈਮ ਸਪੈਂਡ ਕਰਕੇ ਤੁਹਾਨੂੰ ਬੇਹੱਦ ਖਾਸ ਮਹਿਸੂਸ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 5, ਲੱਕੀ ਕਲਰ ਰਹੇਗਾ ਬਲੂ। ਤੇ ਤੁਸੀਂ ਉਪਾਅ ਕੀ ਕਰਨਾ, ਗਣੇਸ਼ ਜੀ ਨੂੰ 11 ਹਰੀ ਇਲਾਇਚੀਆਂ ਤੇ 2 ਪਾਨ ਦੇ ਪੱਤੇ ਅਰਪਣ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਲਾਈਫ ਸਟਾਈਲ 'ਚ ਚੇਂਜਸ ਲੈ ਕੇ ਆਉਣ ਨਾਲ ਸਿਹਤ ਵੀ ਇੰਪਰੂਵ ਹੋਏਗੀ। ਸਿਹਤ ਇੰਪਰੂਵ ਹੋਏਗੀ, ਕੋਨਫੀਡੈਂਸ ਇੰਪਰੂਵ ਹੋਏਗਾ, ਕੋਨਫੀਡੈਂਸ ਇੰਪਰੂਵ ਹੋਏਗਾ ਤੇ ਕੰਮ ਕਰਨ ਦਾ ਜਿਹੜਾ ਜਜ਼ਬਾ ਹੈ ਨਾ ਉਹਦੇ 'ਚ ਵੀ ਤੁਹਾਨੂੰ ਇੰਪਰੂਵਮੈਂਟ ਦੇਖਣ ਨੂੰ ਮਿਲੇਗੀ। ਪਾਸਟ 'ਚ ਕੋਈ ਇਨਵੈਸਟਮੈਂਟ ਕੀਤੀਆਂ ਹੋਈਆਂ ਸੀ, ਉਹ ਤੋਂ ਹੁਣ ਵਧੀਆ ਰਿਟਰਨਸ ਮਿਲ ਸਕਦੇ ਨੇ, ਇਸ ਕਰਕੇ ਦਿਲ ਤੁਹਾਡੇ ਵਾਸਤੇ ਫਾਈਨੈਂਸ਼ੀਅਲੀ ਵੀ ਸਿਕਿਓਰ ਨਜ਼ਰ ਆ ਰਿਹਾ। ਅਕੈਡਮਿਕ ਫਰੰਟ ਦੇ ਉੱਤੇ ਸਟੂਡੈਂਟਸ ਨੂੰ ਬਹੁਤ ਆਪਣਾ ਫੋਕਸ ਬਣਾ ਕੇ ਚੱਲਣ ਦੀ ਜ਼ਰੂਰਤ ਹੈ। ਛੋਟੀ ਜਿਹੀ ਡਿਸਟ੍ਰੈਕਸ਼ਨ ਵੀ ਤੁਹਾਡੇ ਵਾਸਤੇ ਕਾਫੀ ਮਹਿੰਗੀ ਪੈ ਸਕਦੀ। ਜਿਹੜੇ ਲੋਕੀ ਆਪਣੇ ਰੂਟੀਨ ਤੋਂ ਬ੍ਰੇਕ ਲੈ ਕੇ ਥੋੜਾ ਜਿਹਾ ਜਿਹੜਾ ਹੈ ਕਿਤੇ ਘੁੰਮਣ ਜਾਣਾ ਚਾਹੁੰਦੇ ਸੀ ਤੇ ਤੁਹਾਡੇ ਵਾਸਤੇ ਵੀ ਅੱਜ ਦਾ ਦਿਨ ਖਾਸ ਰਹੇਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 2, ਲੱਕੀ ਕਲਰ ਰਹੇਗਾ ਯੈਲੋ। ਤੇ ਤੁਸੀਂ ਉਪਾਅ ਕੀ ਕਰਨਾ, ਜ਼ਰੂਰਤਮੰਦ ਲੋਕਾਂ 'ਚ 11 ਥੈਲੀਆਂ ਦੁੱਧ ਵੰਡਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਵਰਕ ਪਲੇਸ ਦੇ ਉੱਤੇ ਛੋਟੀ ਛੋਟੀ ਗੱਲਾਂ ਨੂੰ ਵੀ ਹੁਣ ਇੰਪੋਰਟੈਂਸ ਦੇਣਾ ਸਿੱਖਣਾ ਪੈਣਾ। ਆਪਣੀ ਆਬਜ਼ਰਵੇਸ਼ਨ ਸਕਿੱਲਸ ਨੂੰ ਜ਼ਰੂਰ ਸਟਰੋਂਗ ਕਰਨਾ। ਬੋਸ ਦੇ ਜੇ ਕਰੀਬ ਜਾਣਾ, ਯਾਨੀ ਕਿ ਬੋਸ ਦੇ ਕੋਨਫੀਡੈਂਟ 'ਚ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਵੀ ਨਾਮ ਆਵੇ, ਤੇ ਫਿਰ ਥੋੜ੍ਹੀ ਜੀ ਹਜ਼ੂਰੀ ਕਰਨੀ ਵੀ ਜ਼ਰੂਰੀ ਹੋਏਗੀ। ਘਰੇਲੂ ਮੁੱਦਿਆਂ ਦੇ ਉੱਤੇ ਅੱਜ ਓਵਰਆਲ ਜਿਹੜਾ ਹੈ ਥੋੜ੍ਹਾ ਜਿਹਾ ਸਿੰਪਲ ਆਪਣੀ ਅਪਰੋਚ ਰੱਖ ਕੇ ਚੱਲਣੀ ਹੈ। ਕੋਈ ਕੰਪਲੈਕਸ ਮੁੱਦਿਆਂ ਦੇ ਵਿੱਚ ਵੀ ਕੋਸ਼ਿਸ਼ ਕਰਨੀ ਹੈ ਕਿ ਚੀਜ਼ਾਂ ਨੂੰ ਸੁਲਝਾਉਣ ਬਾਰੇ ਆਈਡੀਆ ਦੇਣਾ। ਅਕੈਡਮਿਕ ਫਰੰਟ ਦੇ ਉੱਤੇ ਹੁਣ ਤੁਹਾਡੀ ਪਰਫਾਰਮੈਂਸ ਇੰਪਰੂਵ ਹੋਏਗੀ, ਤੁਹਾਡੇ ਸੀਨੀਅਰ, ਤੁਹਾਡੇ ਟੀਚਰਸ ਤੁਹਾਡੀ ਪਰਫਾਰਮੈਂਸ ਨਾਲ ਖੁਸ਼ ਰਹਿਣਗੇ। ਅੱਜ ਫਾਈਨੈਂਸਿਸ ਨੂੰ ਲੈ ਕੇ ਜਿਹੜੀ ਟੈਨਸ਼ਨ ਚੱਲ ਰਹੀ ਸੀ ਹੁਣ ਉੱਥੇ ਵੀ ਮਜ਼ਬੂਤੀ ਨਜ਼ਰ ਆ ਰਹੀ ਹੈ। ਗਰੋਥ ਵਾਲਾ ਸਮਾਂ ਕਈ ਲੋਕਾਂ ਵਾਸਤੇ ਨਜ਼ਰ ਆਉਂਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 18, ਲੱਕੀ ਕਲਰ ਰਹੇਗਾ ਸੈਫਰਨ ਯਾਨੀ ਕੇਸਰੀਆ। ਤੇ ਤੁਸੀਂ ਉਪਾਅ ਕੀ ਕਰਨਾ, ਕਾਲੇ ਕੁੱਤੇ ਨੂੰ ਦੁੱਧ 'ਚ ਰੋਟੀ ਚੂਰ ਕੇ ਖਵਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਫਿਸ ਪੋਲਿਟਿਕਸ 'ਚੋਂ ਦੂਰ ਰਹਿਣਾ ਹੀ ਹੁਣ ਬਿਹਤਰ ਹੋਏਗਾ। ਕਈ ਲੋਕੀ ਜਿਹੜਾ ਹੈ ਤੁਹਾਡੇ ਮੋਢੇ ਤੇ ਰੱਖ ਕੇ ਜਿਵੇਂ ਕਹਿੰਦੇ ਨੇ ਬੰਦੂਕ ਚਲਾਉਣਾ ਜਾਂ ਫਿਰ ਕਹਿੰਦੇ ਨੇ ਕਿ ਜੀ ਤੁਹਾਡਾ ਯੂਜ਼ ਮਿਸ ਕਰ ਸਕਦੇ ਨੇ, ਤਾਂ ਤੁਹਾਨੂੰ ਜਿਹੜਾ ਹੈ ਉਹ ਅੱਗੇ ਰੱਖ ਕੇ ਆਪਣੀ ਗੱਲ ਜਿਹੜੀ ਹੈ ਕਰ ਸਕਦੇ ਨੇ। ਇਸ ਕਰਕੇ ਕਿਸੇ ਵੀ ਇਹੋ ਜਿਹੇ ਪੋਲੀਟੀਕਲ ਗਿਮਿਕ ਤੋਂ ਤੁਸੀਂ ਜਿਹੜਾ ਹੈ ਅੱਜ ਦੂਰੀ ਬਣਾ ਕੇ ਰੱਖਣੀ ਹੈ। ਮੌਸਮ ਦੇ ਥੋੜ੍ਹੇ ਬਹੁਤੇ ਬਦਲਾਵ ਦੇ ਕਾਰਨ ਕੁਛ ਮੌਸਮੀ ਐਲਰਜੀਜ਼ ਪਰੇਸ਼ਾਨ ਕਰ ਸਕਦੀਆਂ ਨੇ, ਪਰ ਘਰੇਲੂ ਨੁਸਖਿਆਂ ਦੇ ਉੱਤੇ ਵੀ ਵਿਸ਼ਵਾਸ ਕਰਨਾ, ਕਿਉਂਕਿ ਹੋਮ ਰੈਮਡੀਜ਼ ਨਾਲ ਚੀਜ਼ਾਂ ਨੂੰ ਜਲਦੀ ਟ੍ਰੀਟ ਕੀਤਾ ਜਾ ਸਕਦਾ ਹੈ। ਅੱਜ ਓਵਰਆਲ ਵਰਕ ਪਲੇਸ ਦੇ ਉੱਤੇ ਚੀਜ਼ਾਂ ਤੁਹਾਡੇ ਕੰਟਰੋਲ 'ਚ ਰਹਿਣਗੀਆਂ, ਜਿੱਦਾਂ ਤੁਸੀਂ ਆਪਣਾ ਆਫਿਸ ਪਲਾਨ ਕੀਤਾ ਉਦਾਂ ਚੀਜ਼ਾਂ ਜਿਹੜੀਆਂ ਉੱਥੇ ਮੂਵ ਕਰਨਗੀਆਂ।
ਕੋਈ ਪੇਮੈਂਟ ਜਿਹੜਾ ਹੈ ਉਹ ਜਿਹੜਾ ਤੁਸੀਂ ਰੀਪੇ ਕਰਨਾ ਹੈ ਉਹ ਥੋੜ੍ਹਾ ਜਿਹਾ ਪ੍ਰੋਸੈਸ ਆਸਾਨ ਨਹੀਂ ਹੋਣਾ, ਕਿਤੇ ਨਾ ਕਿਤੇ ਪੈਸੇ ਨੂੰ ਲੈ ਕੇ ਥੋੜ੍ਹੀ ਜਿਹੀ ਜੱਥੋ ਜਹਿਦ ਅੱਜ ਕਰਨੀ ਪੈ ਸਕਦੀ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਔਰੰਜ, ਅਤੇ ਤੁਸੀਂ ਉਪਾਅ ਕੀ ਕਰਨਾ ਹੈ? ਕਿਸੇ ਵੀ ਧਰਮਸ਼ਾਲਾ 'ਚ ਆਪਣੀ ਸ਼ਰਧਾ ਅਨੁਸਾਰ ਦੁੱਧ ਦਾ ਦਾਨ ਦੇਣਾ, ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਫਿਟਨੈਸ ਨੂੰ ਲੈ ਕੇ ਤੁਸੀਂ ਜਿੰਨੀ ਮਿਹਨਤ ਕਰ ਰਹੇ ਹੋ ਉਹਨੂੰ ਅਸਰ ਲੈ ਕੇ ਆਏਗੀ, ਰੰਗ ਦਿਖਾਏਗੀ। ਨਵੇਂ ਵੈਂਚਰਸ ਜਿਹਨਾਂ ਨੇ ਹੁਣੇ ਹੁਣੇ ਨਵਾਂ ਕੋਈ ਬਿਜ਼ਨਸ ਸ਼ੁਰੂ ਕੀਤਾ ਹੈ, ਹੁਣ ਆਮਦਨੀ ਵੀ ਇੰਪਰੂਵ ਹੋਣੀ ਸ਼ੁਰੂ ਹੋਏਗੀ। ਅਕੈਡਮਿਕ ਫਰੰਟ ਦੇ ਉੱਤੇ ਜਿਹੜੇ ਬੱਚਿਆਂ ਨੂੰ ਡਾਊਟਸ ਚੱਲ ਰਹੇ ਨੇ ਜਾਂ ਕਨਸੈਪਟਸ ਕਲੀਅਰ ਨਹੀਂ ਹੈ, ਤੁਹਾਡੀ ਅਚਾਨਕ ਅੱਜ ਕੋਈ ਮਦਦ ਕਰ ਸਕਦਾ ਹੈ। ਇਨਫੈਕਟ ਤੁਹਾਡੇ ਰਿਜ਼ਲਟਸ ਵੀ ਹੁਣ ਇੰਪਰੂਵ ਹੁੰਦੇ ਨਜ਼ਰ ਆ ਰਹੇ ਨੇ। ਜਿਹੜੇ ਸਿੰਗਲਸ ਨੇ ਡੈਸਪਰੇਸ਼ਨ 'ਚ ਹਾਂ ਕਰਨ ਤੋਂ ਪਰਹੇਜ਼ ਕਰਨਾ ਹੈ। ਕੋਈ ਵੀ ਮੈਰਿਜ ਪ੍ਰਪੋਜ਼ਲ 'ਚ ਨੂੰ ਐਕਸੈਪਟ ਕਰਨ ਤੋਂ ਪਹਿਲਾਂ ਕੰਪਲੀਟ ਸੈਟਿਸਫੈਕਸ਼ਨ ਹੋਣੀ ਜ਼ਰੂਰੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 22, ਲੱਕੀ ਕਲਰ ਰਹੇਗਾ ਮਜੈਂਟਾ, ਅਤੇ ਤੁਸੀਂ ਉਪਾਅ ਕੀ ਕਰਨਾ? ਗਾਇਤਰੀ ਮੰਤਰ ਦਾ ਜਾਪ ਕਰਨਾ, ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਨੈਟਵਰਕਿੰਗ ਦੇ ਜ਼ਰੀਏ ਜਿਹੜਾ ਹੈ ਉਹ ਬਿਜ਼ਨਸ ਫਰੰਟ ਦੇ ਉੱਤੇ ਹੁਣ ਤੁਹਾਨੂੰ ਕਈ ਗੁਣਾ ਵਧੀਆ ਗਰੋਥ ਦੇਖਣ ਨੂੰ ਮਿਲੇਗੀ। ਇਨਫੈਕਟ ਸਪੀਡ ਵੀ ਰਿਜ਼ਲਟਸ ਦੀ ਵਧੇਗੀ। ਅੱਜ ਜਿਹੜਾ ਹੈ ਕੋਈ ਘਰੇਲੂ ਫਰੰਟ ਦੇ ਉੱਤੇ ਜਿਸ ਦਿਨ ਤੁਹਾਨੂੰ ਸਟਰਗਲ ਸਮ ਲੱਗ ਵੀ ਰਿਹਾ ਸੀਗਾ, ਕੋਈ ਸਮਾਂ ਜਿਹੜਾ ਹੈ ਉਹ ਸਟਰਗਲਿੰਗ ਲੱਗ ਰਿਹਾ ਸੀਗਾ, ਅਤੇ ਹੁਣ ਚੀਜ਼ਾਂ ਇੰਪਰੂਵ ਹੋਣਗੀਆਂ। ਥੋੜ੍ਹਾ ਜਿਹਾ ਆਪਣਾ ਕੰਟਰੀਬਿਊਸ਼ਨ ਜ਼ਿਆਦਾ ਵਧਾਉਣਾ ਹੈ ਅਤੇ ਪੇਸ਼ੈਂਸ ਬਣਾ ਕੇ ਚੱਲਣੀ ਹੈ। ਐਡਵੈਂਚਰ ਦੇ ਸ਼ੌਕੀਨ ਲੋਕ ਅੱਜ ਟ੍ਰਿਪ ਪਲਾਨ ਕਰ ਸਕਦੇ ਨੇ ਆਪਣੀ। ਇਨਫੈਕਟ ਮੈਰੀਟਲ ਲਾਈਫ ਵਿੱਚ ਵੀ ਹੁਣ ਤੁਹਾਡੀ ਅੰਡਰਸਟੈਂਡਿੰਗ ਮਜ਼ਬੂਤ ਹੋਏਗੀ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਰੈੱਡ, ਅਤੇ ਤੁਸੀਂ ਉਪਾਅ ਕੀ ਕਰਨਾ ਹੈ? ਗਊ ਨੂੰ ਗੇਹੂੰ ਦੀ ਰੋਟੀ ਦੇ ਉੱਤੇ ਗੁੜ ਰੱਖ ਕੇ ਖਵਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਐਕਵੇਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਹੈਲਥ ਕੌਨਸ਼ੀਅਸ ਲੋਕਾਂ ਨਾਲ ਜੁੜ ਕੇ ਤੁਹਾਨੂੰ ਕਾਫੀ ਚੰਗਾ ਮਹਿਸੂਸ ਹੋਏਗਾ। ਕਿਸੇ ਤੋਂ ਪੈਸਾ ਜੇ ਤੁਸੀਂ ਉਧਾਰ ਦਿੱਤਾ ਹੋਇਆ ਸੀਗਾ, ਕਿਸੇ ਨੂੰ ਗੁੱਡਵਿਲ ਗੁੱਡ ਫੇਥ 'ਤੇ ਪੈਸਾ ਦਿੱਤਾ ਹੋਇਆ ਸੀ, ਹੁਣ ਉਹ ਵਾਪਸ ਲੈਣਾ ਵੀ ਸਕਸ਼ਮ, ਤੁਸੀਂ ਉਹਦੇ 'ਚ ਸਕਸ਼ਮ ਹੋਵੋਗੇ, ਲਗਾਤਾਰ ਫੋਲੋਅਪ ਕਰਦੇ ਰਹੋ, ਪੈਸਾ ਜ਼ਰੂਰ ਵਾਪਸ ਆ ਸਕਦਾ ਹੈ। ਅਕੈਡਮਿਕ ਫਰੰਟ ਦੇ ਉੱਤੇ ਟਾਲਮਟੋਲ ਜਿਹੜਾ ਹੈ ਉਹ ਮਹਿੰਗਾ ਪੈ ਸਕਦਾ ਹੈ, ਇਸ ਕਰਕੇ ਜਿਹੜਾ ਵੀ ਕੰਮ ਦਿੱਤਾ ਗਿਆ, ਕੋਈ ਪ੍ਰੋਜੈਕਟ ਹੈ, ਕੋਈ ਰਿਵੀਜ਼ਨ ਹੈ, ਉਹ ਤੁਹਾਨੂੰ ਟਾਈਮਲੀ ਕਰਨਾ ਜ਼ਰੂਰੀ ਹੋਏਗਾ। ਆਪਣੇ ਲਾਈਫ ਪਾਰਟਨਰ ਦਾ ਇਮੋਸ਼ਨਲ ਸਪੋਰਟ ਜਿਹੜਾ ਹੈ ਉਹ ਤੁਹਾਡੀ ਤਾਕਤ ਬਣ ਸਕਦਾ ਹੈ। ਕੋਈ ਰਿਸ਼ਤੇ ਅੱਜ ਮਨ ਮੁਟਾਵ ਚੱਲ ਵੀ ਰਿਹਾ ਸੀਗਾ ਅਤੇ ਹੁਣ ਦੂਰ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 6, ਲੱਕੀ ਕਲਰ ਰਹੇਗਾ ਪੀਚ, ਅਤੇ ਤੁਸੀਂ ਉਪਾਅ ਕੀ ਕਰਨਾ ਹੈ? ਕਿਸੇ ਵੀ ਬਲਾਈਂਡ ਸਕੂਲ 'ਚ ਫਲੇਵਰਡ ਮਿਲਕ ਵੰਡਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਹੁਣ ਗੱਲ ਕਰਾਂਗੇ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਦੀ। ਫਿਟਨੈਸ ਦੇ ਪ੍ਰਤੀ ਹੁਣ ਤੁਹਾਡਾ ਜਨੂੰਨ ਜਿਹੜਾ ਹੈ ਉਹ ਵਧੇਗਾ। ਨਵੀਂ ਚੀਜ਼ਾਂ ਤੁਸੀਂ ਫਿਟਨੈਸ ਫਰੰਟ ਦੇ ਉੱਤੇ ਟਰਾਈ ਕਰ ਸਕਦੇ ਹੋ। ਘਰ ਵਾਸਤੇ ਕੋਈ ਨਾ ਕੋਈ ਹੈਲਥ ਇਕੁਇਪਮੈਂਟ ਵੀ ਖਰੀਦਣ ਬਾਰੇ ਅੱਜ ਵਿਚਾਰ ਕੀਤਾ ਜਾ ਸਕਦਾ ਹੈ। ਇਨਕਮ ਦਾ ਫਲੋ ਵਧੇਗਾ। ਕੋਈ ਪੈਸੇ ਨੂੰ ਲੈ ਕੇ ਦਿੱਕਤ ਪਰੇਸ਼ਾਨੀ ਚੱਲ ਰਹੀ ਸੀ ਤੇ ਹੁਣ ਦੂਰ ਹੋਏਗੀ। ਫ੍ਰੀਲਾਂਸਰਸ ਨੂੰ ਵੱਡੇ ਪ੍ਰੋਜੈਕਟ ਅੱਜ ਮਿਲ ਸਕਦੇ ਨੇ। ਸਿਲੈਕਟਿਵ ਸਟੱਡੀ ਤੋਂ ਬਚਣ ਦੀ ਅੱਜ ਜ਼ਰੂਰਤ ਹੈ। ਸਟੂਡੈਂਟਸ ਨੂੰ ਆਪਣਾ ਕੋਰਸ ਨੂੰ ਕੰਪਲੀਟ ਕਰਨ ਵਾਸਤੇ ਟਾਈਮ ਮੈਨੇਜਮੈਂਟ ਦਾ ਵੀ ਖਾਸ ਖਿਆਲ ਅੱਜ ਰੱਖਣਾ ਪੈਣਾ ਹੈ। ਆਪਣੇ ਲਾਈਫ ਪਾਰਟਨਰ ਨਾਲ ਜੋ ਵੀ ਕੋਈ ਪ੍ਰੋਮਿਸ ਕੀਤਾ ਤੁਸੀਂ ਜ਼ਰੂਰ ਨਿਭਾਉਣਾ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 9, ਲੱਕੀ ਕਲਰ ਰਹੇਗਾ ਸਿਲਵਰ, ਅਤੇ ਤੁਸੀਂ ਉਪਾਅ ਕੀ ਕਰਨਾ ਹੈ? 10 ਸਾਲ ਤੋਂ ਛੋਟੀ ਕੰਜਕ ਨੂੰ ਲਾਲ ਅਤੇ ਹਰੇ ਰੰਗ ਦੀਆਂ ਚੂੜੀਆਂ ਪਵਾ ਕੇ ਪੈਰ ਚੁੱਕਿਆ ਆਸ਼ੀਰਵਾਦ ਜ਼ਰੂਰ ਲੈਣਾ ਹੈ ਅੱਜ। ਹੁਣ ਸਮਾਂ ਹੋ ਚੱਲਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਨਾਲ ਕਿ ਕੱਲ੍ਹ ਫਿਰ ਮੁਲਾਕਾਤ ਹੋਏਗੀ, ਫਿਰ ਗੱਲ ਕਰਾਂਗੇ ਆਪਾਂ ਦਿਨ ਦੇ ਰਾਸ਼ੀਫਲ ਤੇ ਪੰਚਾਂਗ ਦੀ। ਉਦੋਂ ਤਾਈਂ ਮੈਨੂੰ ਯਾਨੀ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।